ਉਹ ਜਿਹੜਾ ਬਹੁਤਾ ਵੱਧ ਵੱਧ ਕੇ ਬੋਲੇ ਸਮਝੋ ਕਿ ਉਹ ਮਤਲਬ ਹੈ ਕਿ ਘੱਟ ਅਫਸਰ ਹੈ, ਜਿਹੜਾ ਜ਼ਰਾ ਤਮੀਜ਼ ਨਾ ਬੋਲੇ ਸਮਝੋ ਜ਼ਿਆਦਾ ਅਫਸਰ ਹੈ। ਇਸ ਤਰ੍ਹਾਂ ਸੇ ਕੋਈ ਸ਼ਲਵਾਰ ਕਮੀਜ਼ ਮੈਂ ਪਤਾ ਨਹੀਂ ਚਲਤਾ ਥਾ ਗ੍ਰੇਡ ਕਾ, ਸਾਰੇ ਏਕ ਜੈਸੇ ਥੇ। ਦ ਹੋਲ ਨੇਸ਼ਨ ਹੈਡ ਬਿਕਮ ਅਨਸਮਾਰਟ ਬਾਈ ਵੇਅਰਿੰਗ ਅ ਸ਼ਲਵਾਰ ਕਮੀਜ਼। ਖਾਈ ਜਾਓ ਅਤੇ ਇਲਾਸਟਿਸਿਟੀ ਆਪਣਾ ਕਰੀ ਜਾਓ। ਪੈਂਟ ਬਣੇ ਨਾ ਪੈਂਟਲੂਨ ਯੂ ਗਾਟ ਬੀ ਸ਼ੋਰ ਇਨ ਵਿਚ ਨੋਟਸ ਯੂ ਹੈਵ ਟੂ ਟਾਈ ਯੋਰ ਬੈਲਟ। ਤਾਂ ਉਹ ਪੁਲਿਸ ਵਾਲੇ ਹੈ ਵਿਚਾਰੇ, ਉਹਨੇ ਡਾਇਟਿੰਗ ਸ਼ੁਰੂ ਕਰ ਦੀ। ਕਿਸੇ ਨੇ ਪੁੱਛਿਆ ਆਪਕੀ ਡਾਇਟਿੰਗ ਕੇ ਕਿਆ ਅਸੂਲ ਹੈ, ਬਈ ਕਿਆ ਅਸੂਲ ਹੈ ਮਾਰੇ। ਮੈਂ ਕਿਹਾ ਆਪ ਬਤਾਏ ਕਿ ਤੁਹਾਡੀ ਡਾਇਟਿੰਗ ਦੇ ਕੀ ਅਸੂਲ ਨੇ। ਕਹਿੰਦਾ ਡਾਇਟਿੰਗ ਦਾ ਸਿੱਧਾ ਜਿਹਾ ਅਸੂਲ ਹੈ, ਘਰੋਂ ਨਹੀਂ ਖਾਣੀ। ਵਨ ਫਾਰ ਦਾ ਸਵੀਟ ਡਿਸ਼ ਆਲਸੋ। ਮਤਲਬ ਉਰਦੂ ਪੰਜਾਬੀ ਵਿਚਾਰੇ ਦੀ ਸਮਝ ਆਉਣ ਨਹੀਂ ਡਈ। ਮੇਮਾਂ ਦੀ ਬੜੀ ਅੱਛੀ ਆਦਤ ਹੁੰਦੀ, ਇਹਨਾਂ ਨੂੰ ਸਮਝ ਗੱਲ ਨਾ ਆਵੇ, ਇਹ ਸ਼ੋਅ ਕਰਨਗੇ ਸਮਝ ਆ ਰਹੀ ਹੈ। ਹਾ ਆਹਾ ਹਾ, ਉਹ ਅਗਲਾ ਕਹਿੰਦਾ ਹੋਰੇ ਮੇਰੀ ਗੱਲ ਸਮਝ ਰਹੀ ਹੈ। ਇਸ ਤਰ੍ਹਾਂ ਹੀ ਜਨਾਬ ਕੁਈਨ ਇਲਿਜ਼ਬੈਥ ਚਲੀ ਗਈ ਜਨਾਬ ਆਪਣਾ ਬੈਕ ਹੋਮ ਨਾਈਜੀਰੀਆ, ਤੇ ਉੱਥੇ ਉਹ ਮੈਨੂੰ ਸਾਰੇ ਕਹਿਣਗੇ ਤੁਸੀਂ ਕਾਲੇ ਹੋ। ਮੈਂ ਕਿਹਾ ਜੀ ਨਹੀਂ ਜਨਾਬ, ਉਹ ਗੱਲ ਇਸ ਤਰ੍ਹਾਂ ਕਿ ਮੈਂ ਕਸ਼ਮੀਰੀ ਹਾਂ, ਜ਼ਰਾ ਨਾਈਜੀਰੀਆ ਦਾ ਕਸ਼ਮੀਰੀ ਹਾਂ ਮੈਂ। ਸੋ ਉਹ ਜਨਾਬ ਉੱਥੇ ਚਲੀ ਗਈ ਅਤੇ ਉਹ ਪ੍ਰੋਟੋਕੋਲ ਨੇ ਕੁਝ ਗੱਲਾਂ ਸਿਖਾਈਆਂ ਹੋਈਆਂ ਸੀ ਉਹਨੂੰ, ਫਸਟ ਲੇਡੀ ਨੂੰ, ਕਿ ਤੂੰ ਇਲਿਜ਼ਬੈਥ ਦੇ ਨਾਲ ਇਹ ਗੱਲਾਂ ਕਰਨੀਆਂ। ਉਹਦੀਆਂ ਗੱਲਾਂ ਉਹਨੂੰ ਬੜੀਆਂ ਪਸੰਦ ਆਈਆਂ, ਜੋ ਮੇਮ ਦੀ ਆਦਤ ਹੈ। ਹਾ ਹਾ ਹੂੰ, ਇਹਨੇ ਸੋਚਿਆ ਮੈਂ ਕੋਈ ਵੱਧ ਗੱਲ ਕਰਾਂ, ਜ਼ਰਾ ਇਹਦੇ ਦਿਲ 'ਚ ਜਗ੍ਹਾ ਬਣਾਵਾਂ। ਕਹਿੰਦੀ ਯੂ ਨੋ ਕੁਈਨ, ਆਈ ਹੈਵ ਇੰਗਲਿਸ਼ ਬਲੱਡ ਰਨਿੰਗ ਇਨ ਮਾਈ ਵੇਨਸ। ਆ ਹਾਓ ਇੰਟਰਸਟਿੰਗ, ਹਾਓ ਕਮ ਯੂ ਗਾਟ ਇੰਗਲਿਸ਼ ਬਲੱਡ ਰਨਿੰਗ ਇਨ ਯੋਰ ਵੇਨਸ। You know, Queen, I got English blood running in my veins. My great-great-granddad had the opportunity of eating one Englishman once. Pata laga hi? Did you get it? Eh, vichariyan mema utho lende ne, loki missiyan rotiyan khwa ke pagal kar dende ne unna. We had a friend, wo Mia Nazir Azhar sahab custom wale baithe hain. So we had a friend, he imported a beauty without paying customs duty. Now his only duty is 24 hours animal husbandry. Te assi te waise hi har time pushal lan nu taiyar rehne, eh biwiyan badiyan badiyan ajeeb gallan kardiyan. Ghar jao na, eh aan da time hai, ye waqt hai aapke aane ka. Banda wapas tur jaye, kahe jadon time hoega aawange. ਐਸਾ ਐਸਾ ਅਜੀਬ ਸ਼ੱਕ, ਐਸਾ ਐਸਾ ਅਜੀਬ ਸ਼ੱਕ ਕਰਨ ਗਈਆਂ ਬੰਦੇ ਉੱਤੇ ਕਿ ਜਨਾਬ ਆਪਕਾ ਮੁਝੇ ਪਤਾ ਚਲਾ ਹੈ, ਆਪਕਾ ਉਹ ਉਸਕੇ ਸਾਥ ਵੋ ਬੜਾ ਅਫੇਅਰ ਹੈ। ਔਰ ਮੈਂ ਕਿਹਾ ਬੇਗਮ ਸਾਹਿਬ, ਇਲਜ਼ਾਮ ਲਾ ਰਹੇ ਹੋ ਜਾਂ ਨਵਾਂ ਰਸਤਾ ਵਹਾ ਰਹੇ ਹੋ? ਗਾਡ ਅਬਵ ਮੀ, ਆਈ ਡੋਂਟ ਨੋ ਵਟ ਯੂ ਆਰ ਸੇਇੰਗ। ਕਮਾਲ ਬਾਤ ਕਰਤੇ। ਵੈਸੇ ਇਹ ਵੀ ਅੱਛੀ ਬਾਤ ਹੈ, ਆਪਣੇ ਆਦਮੀ ਪੇ ਸ਼ੱਕ ਕਰਨਾ ਚਾਹੀਏ। ਉਸ ਬੰਦੇ ਕੀ ਵੀ ਕਿਆ ਜ਼ਿੰਦਗੀ ਜਿਸ ਪੇ ਸ਼ੱਕ ਵੀ ਨਾ ਹੋ ਸਕੇ। ਇਤਨੀ ਰੋਸ਼ਨੀ ਮੇ ਵੀ ਬੇਟਾ ਅਗਰ ਮੈਂ ਨਜ਼ਰ ਨਹੀਂ ਆ ਰਹਾ ਤੋ ਮੈਂ ਕਿਆ ਕਰੂੰ। ਇਧਰ ਸੇ ਨਜ਼ਰ ਆ ਰਹਾ ਮੈਂ, ਇੱਕ ਯੇ ਬੜੀ ਮੁਸੀਬਤ ਹੈ। ਇੱਧਰ ਆ ਜਾਂਦਾ ਮੈਂ, ਜ਼ਰਾ ਜਿਹਾ ਵਾਜਾ ਪਰੇ ਕਰ ਲੈਣਾ। ਕੁਰਸੀ ਰੱਖੀ, ਕੁਰਸੀ ਤੇ ਮਾਈਕ੍ਰੋਫੋਨ ਧਰਿਆ ਉਹਨਾਂ ਨੇ। ਯੇ ਜਨਾਬ ਐਸੇ। ਸੋ ਡੇਵਿਡ ਐਂਡ ਜਾਨ ਵਰ ਟੂ ਫਰੈਂਡ। ਵਨ ਡੇ ਜਾਨ ਸੈਡ, ਲੁੱਕ ਮੈਨ, ਲਾਈਫ ਇਜ਼ ਵੈਰੀ ਬੈਡ, ਨਥਿੰਗ ਟੂ ਈਟ, ਨਥਿੰਗ ਟੂ ਵੇਅਰ, ਟੈਟਰਡ ਕਲੋਥਸ, ਟਾਇਰਡ, ਹੈਗਰਡ, ਯੂ ਗੋ ਈਸਟ, ਆਈ ਗੋ ਵੈਸਟ, ਆਫਟਰ 24 ਆਵਰਸ ਵੀ ਕਮ ਬੈਕ ਹੇਅਰ ਅਗੇਨ ਐਂਡ ਸੀ ਵਟ ਵੀ ਕੈਨ ਡੂ ਫੋਰ ਈਚ ਅਦਰ। ਡੇਵਿਡ ਵੈਂਟ ਦਿਸ ਵੇ, ਜਾਨ ਵੈਂਟ ਦੈਟ ਵੇ। ਆਫਟਰ 24 ਆਵਰਸ ਡੇਵਿਡ ਵਾਸ ਵਰਸ ਦੈਨ ਬਿਫੋਰ, ਬਟ ਜਾਨ, ਹੀ ਵਾਸ ਵੇਅਰਿੰਗ ਅ 3-piece ਸੂਟ, ਅ ਬੋਲਰ ਹੈਟ, ਸਮੋਕਿੰਗ ਅ ਸਿਗਾਰ, ਐਂਡ ਹੀ ਵਾਸ ਡਰਾਈਵਿੰਗ ਅ ਹਿਊਜ ਲਿਮੋਜ਼ੀਨ। ਹੇ ਜਾਨ, how come this suit? Very simple, my dear. One girl was on the road, two boys were teasing her. I kicked one, I boxed the other, they ran away. The girl was so happy with me, she bought me these clothes. But how come the big, big car with you, man? That is also very simple, my dear. She was so happy with me, she took me out on the drive, stopped the car into the jungle, ran to the jungle and said, John, take anything you want. I took the car.
ਅਸੀਂ ਜਾਣਦੇ ਹੀ ਪਤਾ ਨਹੀਂ ਪਤਾ ਵੀ ਲੱਗਦਾ ਕਿ ਨਹੀਂ ਉਹ ਬੰਦਾ ਅਮਰੀਕਾ ਜਾਂਦਾ ਨਾ ਜੀ ਅਮਰੀਕਾ ਬੰਦਾ ਗਿਆ ਬੱਸ ਚ ਖਲੋਤਾ ਹੈ ਮੇਮ ਨੂੰ ਦੇਖੀ ਜਾ ਰਿਹਾ ਦੇਖੀ ਜਾ ਰਿਹਾ ਦੇਖੀ ਜਾ ਰਿਹਾ ਬੱਸ ਤੁਰੀ ਜਾ ਰਹੀ ਗ੍ਰੇ ਹਾਊਂਡ ਮੇਮ ਨੂੰ ਦੇਖੀ ਜਾ ਰਿਹਾ ਉਹ ਮੇਮ ਲਈ ਬੜਾ ਅਜੀਬ ਫਿਨੋਮੇਨਾ ਹੈ ਕਿ ਕੋਈ ਬੰਦਾ ਉਹਨੂੰ ਇੰਨੇ ਗੌਰ ਨਾ ਦੇਖੇ ਉਹਨੂੰ ਸੱਕੇ ਪਿਓ ਨੇ ਧਿਆਨ ਨਾਲ ਨਹੀਂ ਦੇਖਿਆ ਹੁੰਦਾ ਮਤਲਬ ਹੈ ਕਿ ਉਹਨਾਂ 'ਚ ਕੋਈ ਜੁਆਇੰਟ ਫੈਮਿਲੀ ਸਿਸਟਮ ਥੋੜ੍ਹਾ ਧੀ ਆਪਣਾ ਕੰਮ ਪਿਓ ਆਪਣਾ ਕੰਮ ਉਹ ਦੇਖੀ ਜਾ ਰਿਹਾ ਉਹਨੂੰ ਦੇਖੀ ਜਾ ਰਿਹਾ ਕਹਿੰਦੀ ਵਾਈ ਯੂ ਲੁਕਿੰਗ ਐਟ ਮੀ ਕਹਿੰਦਾ ਆਈ ਲਵ ਯੂ ਯੂ ਟਾਕਿੰਗ ਟੂ ਮੀ ਯੈਸ ਆਈ ਲਵ ਯੂ ਹਾਊ ਕੈਨ ਯੂ ਲਵ ਮੀ ਯੂ ਡੋਂਟ ਨੋ ਮੀ ਆਈ ਡੋਂਟ ਨੋ ਯੂ ਬਾਈ ਗਾਡ ਆਈ ਲਵ ਯੂ ਆਈ ਵਾਂਟ ਟੂ ਮੈਰੀ ਯੂ ਆਈ ਵਾਂਟ ਅ ਗ੍ਰੀਨ ਕਾਰਡ ਉਹਨੂੰ ਗ੍ਰੀਨ ਕਾਰਡ ਦੀ ਇੰਨੀ ਲੋੜ ਸੀ ਉਹਨੂੰ ਮੇਮ ਹਰੀ ਹਰੀ ਨਜ਼ਰ ਆ ਰਹੀ ਸੀ ਸੋ ਕੀ ਸੁਣਾਓਗੇ ਸ਼ਾਹ ਜੀ ਦਮਾ ਦਮ ਮਸਤ ਕਲੰਦਰ ਆਪਕੋ ਸੁਣਾ ਰਹੇ ਹੈ